ਇਹ ਕਹਾਣੀ ਹੈ ਪੰਜਾਬ ਦੇ ਉਸ ਨਿੱਕੇ ਜਿਹੇ ਪਿੰਡ ਦੀ ਜਿੱਥੇ ਦੋ ਪਰਿਵਾਰ ਵਸਦੇ ਨੇ। ਇੱਕ ਪਰਿਵਾਰ ਜੋ ਗੁਰਮਤ ਨਾਲ ਜੁੜਦਾ ਹੈ ਤੇ ਦੂਜਾ ਪਰਿਵਾਰ ਜੋ ਪਖੰਡੀ ਸਾਧਾਂ ਨਾਲ ਜੁੜਦਾ ਹੈ। ਆਓ ਵੇਖਦੇ ਹਾਂ ਦੋਵੇਂ ਪਰਿਵਾਰਾਂ ਦੀ ਦਾਸਤਾਨ ਨੂੰ ਬਿਆਨ ਕਰਦੀ ਇਹ ਕਹਾਣੀ। It is an output device which is software, computer, hardware. ਲੈ ਪੁੱਤ ਦੁੱਧ ਪੀ ਲੈ ਹੁਣ, ਸਵੇਰੇ ਫਿਰ ਆਪਾਂ ਗੁਰੂ ਘਰ ਵੀ ਜਾਣਾ ਹੈ, ਹੁਣ ਸੌ ਜਾ। ਵਾਹਿਗੁਰੂ 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 ਵਾਹਿਗੁਰੂ। ਉੱਠੋ ਪੁੱਤ, ਆਪਾਂ ਗੁਰੂ ਘਰ ਜਾਣਾ ਆ। ਚੱਲ ਮਾਤਾ, ਜਸ਼ਨ ਨੂੰ ਲੈ ਆ ਚੱਲੀਏ ਗੁਰਦੁਆਰਾ ਸਾਹਿਬ, ਲੇਟ ਹੋ ਗਿਆ ਆ। ਆ ਜਾਓ ਮਾਤਾ ਜੀ, ਚੱਲ ਮੇਰਾ ਪੁੱਤਰ ਚੱਲੀਏ ਗੁਰਦੁਆਰਾ ਸਾਹਿਬ, ਦਿਨ ਕਿੰਨਾ ਕਰ ਗਿਆ, ਲੇਟ ਹੋ ਗਏ ਆਪਾਂ, ਛੇਤੀ ਚੱਲੀਏ। ਹੱਥ ਜੋੜਦਾ ਪੁੱਤ, ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਜਾਣਾ ਆ। ਵਾਹਿਗੁਰੂ ਵਾਹਿਗੁਰੂ। ਹਾਏ ਹਾਏ, ਸਰੀਰ ਕਿੱਥੇ ਮੱਥੇ ਲੱਗ ਗਿਆ ਸਵੇਰੇ ਸਵੇਰੇ, ਮਾੜੇ ਕਰਮਾਂ ਵਾਲੇ ਕਿੱਥੇ ਮੱਥੇ ਲੱਗ ਗਏ। ਵੱਖ ਵੱਖ ਨਗਰਾਂ ਦੇ ਵਿੱਚ ਕੈਂਪ ਲਾਉਣ ਤੋਂ ਬਾਅਦ ਜਥਾ ਗੁਰ ਸੂਰਾ ਖਾਲਸਾ ਗੱਤਕਾ ਗਰੁੱਪ, ਜੋ ਕਿ ਆਪ ਜੀ ਦੇ ਨਗਰ ਦੇ ਵਿੱਚ ਲਗਾਤਾਰ 4 ਦਿਨ ਤੋਂ ਗੁਰਮਤਿ ਦੀਆਂ ਕਲਾਸਾਂ ਲਾ ਰਿਹਾ ਹੈ, ਇੱਥੇ ਬੱਚਿਆਂ ਨੂੰ ਸ਼ਾਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਜਾਂਦੀ ਹੈ, ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ। ਕੱਲ੍ਹ ਤੁਸੀਂ ਗੁਰਬਾਣੀ ਦੀ ਸੰਥਿਆ ਕੀਤੀ ਅਤੇ ਅੱਜ ਤੁਹਾਨੂੰ ਆਪਾਂ ਸ਼ਾਸਤਰ ਵਿੱਦਿਆ ਦੇ ਗੁਣ ਜਿਹੜੇ ਨੇ ਉਹ ਦੱਸੇ ਜਾਣੇ ਨੇ। ਇੱਥੇ ਉਸਤਾਦ ਜੀ ਹੋਣੀ ਤੁਹਾਨੂੰ ਸ਼ਾਸਤਰ ਵਿੱਦਿਆ ਦੱਸਣਗੇ। ਸ਼ਾਸਤਰ ਵਿੱਦਿਆ ਗੁਰੂ ਸਾਹਿਬ ਵੱਲੋਂ ਬਚੀ ਹੋਈ ਉਹ ਅਨਮੋਲ ਦਾਤ ਹੈ, ਜਿਸ ਨੂੰ ਘਰ ਘਰ ਤੱਕ ਪਹੁੰਚਾਉਣ ਦੀ ਅੱਜ ਸਮੇਂ ਦੀ ਲੋੜ ਹੈ। ਸੋ ਇਸ ਕਰਕੇ ਤੁਸੀਂ ਜਿੰਨੇ ਵੀ ਬੱਚੇ ਇੱਥੇ ਆਏ ਹੋ, ਤੁਸੀਂ ਸਾਰਿਆਂ ਨੇ ਸ਼ਾਸਤਰ ਵਿੱਦਿਆ ਜ਼ਰੂਰ ਸਿੱਖਣੀ ਹੈ, ਅਤੇ ਜਿੰਨੇ ਵੀ ਬੱਚੇ ਇਹਦੇ ਘਰਾਂ ਦੇ ਵਿੱਚ ਨੇ ਉਹਨਾਂ ਨੂੰ ਵੀ ਪ੍ਰੇਰਿਤ ਕਰਕੇ ਇਹਨਾਂ ਕੈਂਪਾਂ ਦੇ ਵਿੱਚ ਲੈ ਕੇ ਆਉਣਾ। ਸ਼੍ਰੀ ਅਕਾਲ ਤਖਤ ਸਾਹਿਬ ਜੀ ਸਜਣਾ ਪਿਛਲੇ ਮੁੱਤੀ ਖੜੇ ਹੋ। ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਜਣਾ ਕੀਤੀ। ਸ਼ਾਬਾਸ਼ ਚੜ੍ਹਦੀ ਕਲਾ ਪੁੱਤ, ਇਹ ਗੱਲ ਨੂੰ ਤੁਸੀਂ ਨੇ ਆਪਣੇ ਜ਼ਿਹਨ ਦੇ ਵਿੱਚ ਹਮੇਸ਼ਾ ਰੱਖਣਾ, ਠੀਕ ਆ ਜੀ। ਅਕਾਲ ਤਖਤ ਮਹਾਨ ਆ ਅਤੇ ਸਿੱਖ ਪੰਥ ਦੀ ਸ਼ਾਨ ਆ। ਸ਼੍ਰੀ ਅਕਾਲ ਤਖਤ ਸਾਹਿਬ। ਹਾਂਜੀ ਸਿੰਘ ਸਾਹਿਬ, ਤੁਹਾਡਾ ਕੋਈ ਸਵਾਲ ਸੀ? ਹਾਂਜੀ ਬਾਬਾ ਜੀ, ਮੇਰਾ ਵੀ ਇੱਕ ਸਵਾਲ ਸੀ ਕਿ ਧੀਆਂ ਵੀ ਗੱਤਕਾ ਕਲਾਸ ਵਿੱਚ ਆ ਸਕਦੀਆਂ ਹਨ? ਹਾਂ ਹਾਂ, ਕਿਉਂ ਨਹੀਂ, ਇਹੀ ਤਾਂ ਮਾਈ ਭਾਟੂ ਦੀਆਂ ਵਾਰਸਾਂ ਨੇ। ਪਰ ਅੱਜ ਦਾ ਸਮਾਜ ਇਹ ਧੀਆਂ ਨੂੰ ਦੁਰਕਾਰ ਰਿਹਾ। ਪਰ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਮਾਂ ਬਾਣੀ ਕਹਿੰਦੀ ਆ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ, ਇੱਕ ਗੁਰੂ ਅਤੇ ਇੱਕ ਗੁਰੂ ਦਾ ਸਿੰਘ ਕਦੇ ਕਿਸੇ 'ਚ ਫਰਕ ਨਹੀਂ ਕਰਦੇ। ਜੀ ਆਇਆਂ ਨੂੰ ਜੀ, ਜੀ ਆਇਆਂ ਨੂੰ। ਸਤ ਵਚਨ ਜੀ, ਫਿਰ ਅੱਜ ਤੋਂ ਮੇਰੀ ਬੱਚੀ ਦਾ ਦਾਖਲਾ ਵੀ ਇੱਥੇ ਹੀ ਸਮਝੋ। ਕਿਸੇ ਨੇ ਕੋਈ ਕਾਲੀ ਨੀ ਕਰਨੀ ਬਾਬਾ ਜੀ, ਅੱਜ ਇੱਥੇ ਰਹਿਣ ਕੇ ਬੋਲੋ ਜੈ ਬਾਬਾ ਗੱਜਣ ਤੇਰੇ ਨਾਂ ਤੇ ਭੂਤ ਪ੍ਰੇਤ ਭੱਜਣ।
ਬਾਬਾ ਜੀ ਮੈਂ ਬਹੁਤ ਦੁਖੀ ਹਾਂ, ਕਿਰਪਾ ਕਰ ਦਿਓ ਬਾਬਾ ਜੀ ਮੇਰੇ। ਭਗਤੋ ਮਾਇਆ ਕਦੇ ਨਹੀਂ ਨਾਲ ਨਹੀਂ ਜਾਂਦੀ, ਸਾਰਾ ਸੰਸਾਰ ਮੋਹ ਮਾਇਆ ਵਿੱਚ ਫਸਿਆ ਪਿਆ ਹੈ। ਆਪਣੇ ਮਨ ਦੀਆਂ ਅੱਖਾਂ ਖੋਲ੍ਹੋ ਅਤੇ ਮਾਇਆ ਨੂੰ ਤਿਆਗੋ, ਡੇਰੇ ਵਿੱਚ ਆ ਕੇ ਨਾਮ ਜਪੋ ਅਤੇ ਸੇਵਾ ਕਰੋ। ਬਾਬਾ ਜੀ ਸੰਗਤ ਬੜੀ ਦੁੱਖ ਵਿੱਚ ਹੈ, ਕਿਰਪਾ ਕਰੋ ਇਹਨਾਂ ਦੇ ਕਸ਼ਟ ਕੱਟੋ। ਦੱਸੋ ਭਗਤੋ ਆਪਣੇ ਦੁੱਖ ਦੱਸੋ, ਸਾਡੀ ਤਾਂ ਰੱਬ ਨੇ ਡਿਊਟੀ ਤੁਹਾਡੇ ਦੁੱਖ ਦੂਰ ਕਰਨ ਵਾਸਤੇ ਲਾਈ ਹੋਈ ਹੈ। ਹੱਲ ਹੋ ਜੂਗਾ? ਹਾਂਜੀ ਹੋ ਜੂਗਾ ਹੱਲ। ਹਾਂ ਭੈਣੇ ਹੱਲ ਬਹੁਤ ਬਹੁਤ ਹੁੰਦੇ ਆ, ਹੋ ਜੂਗੇ ਹੱਲ। ਆ ਜਾਓ ਨਾਲ ਮੇਰੇ ਨਾਲ ਚੱਲੋ। ਬਾਬਾ ਜੀ ਘਰ ਚ ਕਲੇ ਅਸੀਂ ਰਹਿੰਦਾ, ਸ਼ਾਂਤੀ ਨਹੀਂ ਰਹਿੰਦੀ, ਇੱਕ ਦੂਜਾ ਲੜਦਾ ਹੀ ਰਹਿੰਦਾ। ਕਿਰਪਾ ਕਰੋ ਭਗਤਣੀਏ, ਤੁਸੀਂ ਘਬਰਾਉਣਾ ਨਹੀਂ ਹੈਗਾ। ਤੇਰੇ ਘਰ ਕਿਸੇ ਪ੍ਰੇਤ ਆਤਮਾ ਦਾ ਸਾਇਆ ਹੈ, ਤੇਰੇ ਹੀ ਦੁਸ਼ਮਣ ਨੇ ਤੁਹਾਡੇ ਉੱਤੇ ਕੋਈ ਚੀਜ਼ ਛੱਡੀ ਹੋਈ ਹੈ। ਤੂੰ ਫਿਕਰ ਨਹੀਂ ਕਰਨਾ, ਬਾਬੇ ਆਪੇ ਸਾਂਭੂਗੇ। ਤੇਰੇ ਨਾਂ ਤੇ ਭੂਤ ਪ੍ਰੇਤ ਭੱਜਣ। ਜੈ ਬਾਬਿਆਂ ਦੀ ਬੀਬੀ, ਬਾਬਿਆਂ ਨੇ ਹਵਨ ਕਰਨਾ, 31,000 ਦੀ ਸੇਵਾ ਪਾ ਦੇ, ਸਾਰੇ ਕੰਮ ਲੋਟ ਆ ਜਾਣਗੇ, ਦੇਖੀ ਕਿੱਦਾਂ ਭੱਜੇ ਫਿਰਨਗੇ ਸਾਰੇ। ਇਹ ਬਾਬਾ ਮੈਨੂੰ ਬਖੰਡੀ ਲੱਗਦਾ। ਦਫਾ ਓਏ, ਬਾਬੇ ਤੈਨੂੰ ਸ਼ਰਾਫ ਦੇ ਦੇਣਗੇ। ਉਹ ਮੈਨੂੰ ਤਾਂ ਪਹਿਲੇ ਪਤਾ ਸੀ ਬਾਬਾ ਸ਼ਰਾਬ ਵੇਚਦਾ। ਉਹ ਮੂਰਖਾ, ਸ਼ਰਾਬ ਨਹੀਂ ਸ਼ਰਾਫ ਦੇ ਦੂੰਗਾ। ਉਹ ਸਾਨੂੰ ਤਾਂ ਪਿੰਡ 'ਚ ਮੰਗਿਆ ਕੋਈ ਸਾਈਕਲ ਨਹੀਂ ਦਿੰਦਾ, ਬਾਬਾ ਸ਼ਰਾਬ ਦੇ ਦੂੰਗਾ। ਬਸ ਉਹ ਭਗਤਾ, ਰੱਬ ਦੇ ਬੰਦਿਆਂ ਨਾਲ ਟਿਚਰਾਂ ਨਹੀਂ ਕਰਦੀਆਂ। ਤੇਰੇ ਘਰ ਜੋ ਭੰਗ ਪੁੱਜਦੀ ਹੈ ਬਾਬਿਆਂ ਨੂੰ ਸਾਰਾ ਪਤਾ, ਤੇਰੇ ਘਰ ਤੰਗੀ ਹੈ ਕਲੇਸ਼ ਹੈ, ਦੱਸ ਸੱਚ ਹੈ ਕਿ ਨਹੀਂ? ਹਾਂਜੀ ਬਾਬਾ, ਤੁਸੀਂ ਤਾਂ ਜਾਣੀ ਜਾਣ ਨਿਕਲੇ। ਹਾਂਜੀ ਬਾਬਾ। ਬਾਬੇ ਨੂੰ ਜਿਵੇਂ ਮੈਂ ਤਾਂ ਲੱਗਾ, ਜਦ ਜਿਨ੍ਹਾਂ ਦੇ ਘਰ ਇੱਦਾਂ ਦੇ ਕੰਜਰ ਪੁੱਤ ਹੋਣਗੇ ਉਹਨਾਂ ਦੇ ਘਰ ਕਲੇਸ਼ੇ ਹੋਣਗੇ, ਸ਼ਾਂਤੀ ਕਿੱਥੋਂ ਭਾਲਦਾ ਹੈ? ਹਾਂਜੀ, ਕੰਮ ਨਹੀਂ ਕੀਤਾ ਤੁਸੀਂ ਉਹ ਜਿਹੜਾ ਕਿਹਾ ਸੀਗਾ। ਹਾਂ ਹਾਂ ਉਹੀ ਵਾਲਾ, ਔਖਾ ਹੋ ਜੂਗੇ ਫਿਰ ਤੁਸੀਂ ਸਾਰੇ। ਹਾਂ ਕਰਵਾਓ ਫਿਰ, ਜਿੱਦਾਂ ਵੀ ਹੈਗਾ ਕਰਵਾਓ। ਹਾਂ ਹਾਂ ਕੰਮ ਕਰਵਾਉਣਾ ਆਉਂਦਾ ਤੁਹਾਡੇ ਵਰਗਿਆਂ ਤੋਂ। ਠੀਕ ਹੈ ਮੈਂ ਕਰਦਾ ਕੌਲ। ਜੈ ਬਾਬੇ ਜੀ, ਜੈ ਬਾਬੇ। ਬੈਠੋ ਬਾਬਾ ਜੀ। ਬਾਬਾ ਜੀ ਬੜੇ ਚਰਚੇ ਅੱਜ ਕੱਲ੍ਹ ਤੁਹਾਡੇ ਇਲਾਕੇ ਵਿੱਚ, ਹੋਰ ਸੁਣਾਓ? ਜਦੋਂ ਜਾਰੀ ਤੁਹਾਡੇ ਵਰਗਿਆਂ ਨਾਲ ਹੋਵੇ ਤਾਂ ਚਾਚੇ ਹੋਣੇ ਵੀ ਜ਼ਰੂਰੀ ਹੈ ਐਮਐਲਏ ਸਾਹਿਬ। ਬਾਬਾ ਜੀ ਇੱਕ ਸੇਵਾ ਲਾਉਣੀ ਸੀ ਤੁਹਾਡੀ। ਤੁਸੀਂ ਸਾਡੀ ਸੇਵਾ ਕਰ ਦਿਓ, ਅਸੀਂ ਤੁਹਾਡੀ ਸੇਵਾ ਕਰ ਦਾਂਗੇ ਐਮਐਲਏ ਸਾਹਿਬ। ਬਾਬਾ ਜੀ ਤੁਹਾਡੀ ਸੇਵਾ ਦਾ ਵੀ ਪੂਰਾ ਇੰਤਜ਼ਾਮ ਹੈ, ਲਿਆਓ ਜੀ।
पूरा 1 करोड़ है बाबा जी। पर एक गल का ध्यान रखियो, पिंड पिंड ऐसा नशा बरतायो कि वोटा टाइम बिना सोचे समझे लोग सानू ही वोटा पान। तुसी फिक्र नहीं करना एम एल ए साहब, बाकी जिम्मेवारी साड़ी है। करो बाबा जी चेक। चलो ठीक है एमएलए साहब, चलते हैं फिर। बाबा जी चाह छकाना जी। चाह का कितने टाइम है? नहीं बाबा जी थोड़ी दूजी चाह छका दें। चलो कोई नहीं, फिर चक लिया मगर। लो बाबा जी, लो बाबा जी। ਕਿੱਦਾਂ ਬਾਬਾ ਜੀ ਹੈ ਕਰੰਟ? ਪੂਰਾ ਕਰੰਟ ਹੈ ਐਮਐਲਏ ਸਾਹਿਬ। ਠੀਕ ਹੈ ਐਮਐਲਏ ਸਾਹਿਬ, ਚੰਗਾ ਫਿਰ ਚੱਲਦੇ ਹਾਂ ਜੀ। ਠੀਕ ਹੈ ਜੀ ਬਾਬਾ ਜੀ। ਸ਼ੇਰ ਪਿੱਛੇ ਨਹੀਂ ਹਟਦੇ। ਜੇ ਤੂੰ ਪਿਆਰ ਨਾਲ ਬੋਲਿਆ ਹੁੰਦਾ ਤਾਂ ਵੱਖ ਗੱਲ ਸੀ, ਪਰ ਜਿੱਦਾਂ ਤੂੰ ਬੋਲਦਾ ਇੱਦਾਂ ਦਾ ਤਾਂ ਪਿਓ ਵੀ ਨਹੀਂ ਪਿੱਛੇ ਕਰ ਸਕਦਾ। ਅੱਛਾ, ਮੈਨੂੰ ਪਤਾ ਤੁਸੀਂ ਕਿੱਦਾਂ ਪਰਿਆ ਹੋਣਾ। ਉਹ ਇਹਨੂੰ ਚਲਾਉਣ ਦੇ ਲਈ ਵੀ ਜਿਗਰਾ ਚਾਹੀਦਾ। ਤੂੰ ਕਿਹੜੀਆਂ ਗੱਲਾਂ ਕਰਦਾ? ਜਿਗਰਾ ਤੇ ਸਰਕਾਰ ਮੈਂ ਜੇਬ 'ਚ ਪਾਈ ਰੱਖਦਾ। ਚੱਲ ਅੱਜ ਤੇਰਾ ਜਿਗਰਾ ਵੀ ਦੇਖ ਲੈਂਦੇ ਆ। ਇਹਨਾਂ ਨੂੰ ਚਲਾਉਣ ਲਈ ਵੀ ਜਿਗਰੇ ਚਾਹੀਦੇ ਆ, ਜਿਗਰੇ। ਭਗਤਾਂ ਚੰਗੇ ਕਰਮ ਨੇ ਤੇਰੇ, ਜਿਹੜੇ ਤੂੰ ਬਾਬਾ ਜੀ ਦੇ ਡੇਰੇ 'ਤੇ ਆ ਗਿਆ, ਬਹੁਤ ਵੱਡੇ ਭਾਗ ਨੇ ਤੇਰੇ। ਉਹ ਬਾਬਾ ਮੈਂ ਤਾਂ ਲੁੱਟ ਗਿਆ, ਮੈਂ ਤਾਂ ਮਰ ਗਿਆ ਬਾਬਾ। ਉਹ ਮੈਂ ਤਾਂ ਲੁੱਟ ਹੋ ਗਿਆ ਬਾਬਾ। ਕੀ ਗੱਲ ਹੋ ਗਈ ਭਗਤਾ? ਬਾਬਾ ਮੇਰੀ ਜਨਾਨੀ ਦਾ ਕੁੱਤ ਕਲੇਸ਼ ਕਰਦੀ, ਰੋਜ਼ੇ ਬਾਬਾ ਲੜਾਈ ਕਰਦੀ ਬਾਬਾ ਜੀ। ਇਹਦਾ ਕੰਮ ਹੋਣਾ ਹੀ ਸੀਗਾ ਭਗਤਾ, ਤੂੰ ਬਾਬਿਆਂ ਨੂੰ ਟੀਚਰਾਂ ਬਹੁਤ ਕਰਦਾ ਸੀ। ਇਹ ਜਨਾਨੀਆਂ ਦੀ ਤਾਂ ਮਾਤੀ ਗੁੱਤ ਪਿੱਛੇ ਹੁੰਦੀ ਹੈ, ਇਹਨਾਂ ਨੂੰ ਤਾਂ ਜੁੱਤੀ ਥੱਲੇ ਰੱਖਿਆ ਜਾਂਦਾ ਹੈ। ਤੂੰ ਤਾਂ ਭੋਲੀਆਂ ਗੱਲਾਂ ਕਰਦਾ। ਆਹ ਲੈ ਪ੍ਰਸ਼ਾਦ ਬਾਬਿਆਂ ਦਾ, ਦੇਖੀ ਕਿੱਦਾਂ ਜੋਸ਼ ਆਉਂਦਾ ਫਿਰ। ਠੀਕ ਆ ਬਾਬਾ ਜੀ, ਜੈ ਬਾਬਾ ਗੱਜਣ। ਆਹ ਲੈ ਭਗਤਾ ਪ੍ਰਸ਼ਾਦ, ਸਾਰੀ ਸੰਗਤ ਦੇ ਵਰਤਾ ਦੇ। ਠੀਕ ਆ ਮਹਾਰਾਜ ਜੀ। ਪਖੰਡੀ ਸਾਧਨਾ ਜੁੜਨ ਕਰਕੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਤਸਦੇ ਜਾ ਰਹੇ ਸਨ, ਅਤੇ ਜਿੱਥੋਂ ਨਿਕਲਣਾ ਉਹਨਾਂ ਲਈ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਸੀ। ਅਤੇ ਉਹ ਬਾਬਾ ਉਹਨਾਂ ਨੂੰ ਨਿੱਤ ਨਸ਼ੇ ਦਾ ਆਦੀ ਬਣਾ ਰਿਹਾ ਸੀ। ਕਿੱਦਾਂ ਹਾਲ ਬੜੇ ਹੋ? ਬਾਬੇ ਨੇ ਸਮਾਨ ਭੇਜਿਆ ਤੁਹਾਡੇ ਲਈ, ਲਿਆਓ ਲਿਆਓ ਬਾਬਾ ਜੀ ਲਿਆਓ। ਕੋਈ ਘਾਟ ਵਾਟ ਹੁੰਦੀ ਤਾਂ ਦੱਸ ਦਿਆ ਕਰੋ। ਜੈ ਜੈਕਾਰ ਹੈ, ਜੈ ਜੈਕਾਰ ਜੈ ਜੈਕਾਰ ਹੈ।
आया बाबे दा प्रसाद जिहड़ा आ रंग चढ़ाउंदा कोई नहीं लाउंदा इन्हां दी क्लास में आखिर वो दिन फिर आ गया जो चिट्टे दे नाग ने एक होर मां दा पुत निगल लिया। पखंडी बाबियां ते सरकारां ने पता ही नहीं किन्नियां कमावां दे पुत नशे दी भेट चाढ़ दिते ते किन्नियां भैणां दे वीर उन्हां तों दूर हो गए। मेरी भी परवरिश गुरु घर तो ही होई है। मैं भी गुरु घर दे सिद्धांतां ते चलदी आं जेडे उत्ते ते मैं खड़ी आं उहदे पिछे चंगी परवरिश दा ही हत्थ है। हुण फैसला तुहाडे हत्थ है गुरु घर नाल जुड़ना है जां पखंडी बाबिआं नाल। हवावां कहर बण के आ रहीआं मावां किधरे वैण ने पा रहीआं पुत लाश बन रुलदा पिंड दियां सत्थां दे विचे गुरमत ते पखंडवाद दी चले लड़ाई तुसीं किधर जाना फैसला तुहाडे हत्थां दे विचे।